पी एस टैट दो हज़ार तेई पेपर वन सी डी पी नैक्सट क्वेश्चन है डैश इज द क्लासरूम इन विच स्टूडेंट्स फ्रॉम डिफरेंट कल्चरल बैकग्राउंड इंपॉर्टेंट एस्पेक्ट है फ्रॉम डिफरेंट कल्चरल बैकग्राउंड कोपरेट बाय डूइंग डिफरेंट पार्ट्स डिफरेंट पार्ट्स ऑफ ए प्रोजेक्ट टू रीच कॉमन गोल अचीव करना चाहते हैं ਸੋ ਜਿੱਥੇ ਕੋਆਪਰੇਟ ਵਰਡ ਆ ਗਿਆ ਇਟ ਮੀਨਸ ਕੋਆਪਰੇਟਿਵ ਲਰਨਿੰਗ ਟੈਕਨਿਕ ਹੋਏਗਾ ਡੈਸ਼ ਇੱਕ ਕਲਾਸਰੂਮ ਹੈ ਜਿਸ ਵਿੱਚ ਵੱਖੋ ਵੱਖ ਸੱਭਿਆਚਾਰਕ ਪਿਛੋਕੜ ਇਹ ਤੁਹਾਨੂੰ ਡਿਸਟਰਬ ਕਰ ਸਕਦਾ ਹੈ ਵਾਲੇ ਵਿਦਿਆਰਥੀਆਂ ਇਹ ਵਿਦਿਆਰਥੀ ਇੱਕ ਸਾਂਝੇ ਟੀਚੇ ਦੇ ਵਿੱਚ ਤੱਕ ਪਹੁੰਚਣ ਲਈ ਇੱਕ ਪ੍ਰੋਜੈਕਟ ਦੇ ਵੱਖ-ਵੱਖ ਭਾਗਾਂ ਕਰਕੇ ਸਹਿਯੋਗ ਕਰਦੇ ਹਨ ਹੁਣ ਇੱਥੇ ਜੇ ਬਹੁਤ ਬਰੀਫ ਵਿੱਚ ਦੱਸਣਾ ਹੋਵੇ ਤਾਂ ਮੈਂ ਇੱਥੇ ਬੀ ਆਨਸਰ ਤੇ ਟਿਕ ਕਰਕੇ ਅਗਲੇ ਕੁਐਸਚਨ ਤੇ ਆਜਮਾਂ ਪਰ ਜੇਕਰ ਕਿਉਂਕਿ ਜਿਗਸਾ ਇਜ਼ ਮੋਸਟ ਇੰਪੋਰਟੈਂਟ ਕੋਆਪਰੇਟਿਵ ਲਰਨਿੰਗ ਟੈਕਨੀਕਸ ਥਿੰਕ ਪੇਅਰ ਸ਼ੇਅਰ ਹਨਾ ਪੇਅਰਡ ਕਲਾਸਰੂਮ ਹੋਰ ਬੜੀਆਂ ਰੈਸੀਪਰੋਕਲ ਟੀਚਿੰਗ ਬੜੀਆਂ ਟੈਕਨੀਕਸ ਨੇ ਇਟ ਮੀਨਸ ਉਸ ਤੇ ਪੂਰਾ ਵੀਡੀਓ ਚਾਹੀਦਾ ਹੈ ਕਿ ਤੁਹਾਨੂੰ ਮੇਨ ਚੀਜ਼ਾਂ ਉਸ ਦੀਆਂ ਪਤਾ ਲੱਗ ਜਾਣ ਹਨਾ ਫੀਚਰ ਪਤਾ ਲੱਗ ਜਾਣ ਜਾਂ ਆਉਣ ਵਾਲੇ ਕੁਐਸਚਨ ਉੱਤੇ ਸੰਭਾਵੀ ਕੀ ਹੋ ਸਕਦੇ ਹਨ ਸੋ ਇੱਥੇ ਜਾਣਨਾ ਜ਼ਰੂਰੀ ਹੈ ਕਿ ਜਿਗਸਾ ਹੁੰਦਾ ਕੀ ਹੈ ਸੋ ਬ੍ਰੀਫ ਵਿੱਚ ਜਾਣਾਂਗੇ ਜਿਗਸਾ ਕੀ ਹੁੰਦਾ ਹੈ ਕੋਆਪਰੇਟਿਵ ਲਰਨਿੰਗ ਟੈਕਨੀਕ ਹੈ ਜਿਗਸਾ ਗਰੁੱਪ ਹੈ ਇੱਕ ਔਰ ਐਕਸਪਰਟ ਗਰੁੱਪ ਹੈ ਡਿਫਰੈਂਟ ਵੀਡੀਓ ਵਿੱਚ ਇਹਨਾਂ ਤੇ ਡਿਫਰੈਂਟ ਡਿਟੇਲ ਵਿੱਚ ਦੱਸਾਂਗਾ ਕਿ ਇਹ ਕਿਹੜੀਆਂ ਕੁਆਲਿਟੀਆਂ ਨੂੰ ਪੈਦਾ ਕਰਨ ਲਈ ਬਣਾਇਆ ਜਾਂਦਾ ਯੂਜ਼ ਕੀਤਾ ਜਾਂਦਾ ਹੈ ਇਹ 1971 ਵਿੱਚ ਜਾਂ ਜਦੋਂ ਵੀ ਬਣਿਆ ਇਹ ਹੁਣ ਲੰਬਾ ਵੀਡੀਓ ਹੋ ਜਾਏਗਾ ਸੋ ਮੇਨ ਪਾਰਟ ਹੈ ਜਿਗਸਾ ਗਰੁੱਪ ਜਿਗਸਾ ਗਰੁੱਪ ਹੈ ਕਿ ਤੁਸੀਂ ਆਪਣੀ ਕਲਾਸ ਨੂੰ ਇਕੁਅਲ ਡਿਵਾਈਡ ਕਰ ਲਿਆ ਮੋਸਟ ਇੰਪੋਰਟੈਂਟ ਇਸ ਦਾ ਪ੍ਰੋਬਲਮ ਕੀ ਹੈ ਕਿ ਸਾਰੇ ਗਰੁੱਪ ਵਿੱਚ ਇੱਕ ਗਰੁੱਪ ਵਿੱਚ ਜਿੰਨੇ ਪਰਸਨ ਹਨ ਉਨੇ ਹੀ ਦੂਸਰੇ ਵਿੱਚ ਹੋਣੇ ਚਾਹੀਦੇ ਹਨ ਤੀਸਰੇ ਚ ਚੌਥੇ ਜਾਂ ਪੰਜਵੇਂ ਜਾਂ ਛੇਵੇਂ ਜਿੰਨੇ ਗਰੁੱਪ ਵੀ ਤੁਸੀਂ ਬਣਾਉਣੇ ਹਨ ਮਿਨਿਮਮ 4 5 6 ਬੱਚੇ ਇੱਕ ਗਰੁੱਪ ਵਿੱਚ ਹੋ ਸਕਦੇ ਹਨ ਇੱਥੇ ਮੈਂ ਇੱਕ ਗਰੁੱਪ ਵਿੱਚ 1 2 3 4 5 ਰੱਖੇ ਹਨ ਕਲਰ ਕੀਤੇ ਹਨ ਕਲਰ ਕਿਤੇ ਹਨ ਕਿਉਂਕਿ ਐਕਸਪਰਟ ਗਰੁੱਪ ਵਿੱਚ ਜਾਣਾ ਹੈ ਬਾਅਦ ਵਿੱਚ ਫਿਰ ਵਾਪਸ ਇਹਨਾਂ ਨੇ ਆਣਾ ਹੈ ਉੱਥੇ ਥੋੜੀ ਕਨਫਿਊਜ਼ਨ ਹੁੰਦੀ ਹੈ ਫਾਰ ਇਗਜ਼ਾਮਪਲ ਤੁਸੀਂ ਕੋਈ ਕੰਟੈਂਟ ਟੀਚ ਕਰਨਾ ਚਾਹੁੰਦੇ ਹੋ ਤੁਸੀਂ ਡਾਈਜੈਸਟਿਵ ਸਿਸਟਮ ਟੀਚ ਕਰਨਾ ਚਾਹੁੰਦੇ ਹੋ ਲਾਰਜ ਇੰਟੈਸਟਾਈਨ ਹੈ ਉਸ ਦਾ ਇੱਕ ਪਾਰਟ ਹੈ ਲਾਰਜ ਇੰਟਸਟਾਈਨ ਹੈ ਨਾ ਪਾਰਟ ਏ ਹੋ ਗਿਆ স্মਲ ਇੰਟਸਟਾਈਨ ਹੈ ਮਾਉਥ ਹੈ ਡਾਈਜੈਸਟਿਵ ਸਿਸਟਮ ਦੇ ਦੂਜੇ ਤੀਜੇ ਪੰਜ ਭਾਗ ਤੁਸੀਂ ਕਰ ਲਏ ਤੁਸੀਂ ਫੰਡamentals ਰਾਈਟ ਟੀਚ ਕਰਨਾ ਹੈ ਫੰਡamentals ਰਾਈਟ ਐਫ 1 ਮੈਂ ਇੱਥੇ ਲਿਖ ਲਿਆ ਹੈ ਨਾ ਐਫ ਫੰਡamentals ਰਾਈਟ 2 ਫੰਡamentals ਰਾਈਟ right 3 ਫੰਡamentals ਰਾਈਟ right 4 ਫੰਡamentals ਰਾਈਟ right 5 ਤੁਸੀਂ ਇਹਤੇ ਕੰਟੈਂਟ ਬਣਾ ਲਿਆ ਉਹ ਕੰਟੈਂਟ ਇੱਕ ਟੈਕਸਟ ਬੁੱਕ ਦਾ ਪਾਠ ਵੀ ਹੋ ਸਕਦਾ ਹੈ ਐਡੀਸ਼ਨਲ ਮਟੀਰੀਅਲ ਵੀ ਹੋ ਸਕਦਾ ਹੈ ਕੰਪਿਊਟਰ ਜਾਂ ਮੋਬਾਈਲ ਦਾ ਯੂਜ਼ ਕਰਕੇ ਕੋਈ ਨਵਾਂ ਐਗਜ਼ਾਮਪਲਸ ਨਵੇਂ ਇਸ਼ੂ ਕੱਢੇ ਹੋਏ ਹੋ ਸਕਦੇ ਆ ਉਸ ਨਾਲ ਸੰਬੰਧਿਤ ਸੋ ਜਿਉਂ ਕੰਟੈਂਟ ਮਤਲਬ ਉਸ ਦੇ ਪਾਠ ਕਰ ਲੈ ਹੁਣ ਕੀ ਕੀਤਾ ਤੁਸੀਂ ਜਿੰਨੇ ਉਸ ਦੇ ਪਾਰਟ ਕੀਤੇ ਹੈ ਉਹਨੇ ਹੀ ਤੁਹਾਡੇ ਗਰੁੱਪ ਵਿੱਚ ਉਹ ਲਰਨਰ ਚਾਹੀਦੇ ਹਨ ਫॉर ਇਗਜ਼ਾਮਪਲ ਇੱਥੇ ਪੰਜ ਪਾਰਟ ਕੀਤੇ ਆ ਤੇ ਪੰਜ ਬੱਚੇ ਚਾਹੀਦੇ ਹਨ ਔਰ ਹਰ ਵਿੱਚ ਪੰਜ ਬੱਚੇ ਹੀ ਚਾਹੀਦੇ ਹਨ ਹੁਣ ਤੁਸੀਂ ਕੀ ਕੀਤਾ ਕਿ ਜਿਹੜਾ ਪਾਰਟ ਏ ਹੈ ਉਹ ਇਸ ਬੱਚੇ ਨੂੰ ਦੇ ਦਿੱਤਾ ਇੱਥੇ ਮੈਂ ਬਰੀਕ ਚ ਲਿਖ ਦਿੰਨਾ ਏ 1 ਹੈਨਾ ਇੱਥੇ ਲਿਖ ਦਿੱਤਾ ਆ ਪਾਰਟ 2 ਹੈ ਉਹ ਇਹਨਾਂ ਨੂੰ ਦੇ ਦਿੱਤਾ 2 ਇਹ ਪਾਰਟ 3 ਇਹਨਾਂ ਨੂੰ ਦਿੱਤਾ ਪਾਰਟ 4 ਇਸ ਨੂੰ ਨੇ ਦਿੱਤਾ ਪਾਰਟ 5 ਇਹਨਾਂ ਨੂੰ ਦੇ ਦਿੱਤਾ ਹੁਣ ਇਹ ਇਧਰ ਵੀ ਪਾਰਟ 1 ਇਹਨਾਂ ਨੂੰ ਪਾਰਟ 2 ਪਾਰਟ 3 ਪਾਰਟ 4 ਪਾਰਟ 5 ਇਸੇ ਤਰ੍ਹਾਂ ਸਾਰੇ ਗਰੁੱਪਸ ਨੂੰ ਦੇ ਦਿੱਤਾ ਗਿਆ ਹੁਣ ਇਹਨਾਂ ਨੇ ਇਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਪਾਰਟ ਤੁਹਾਨੂੰ ਮਿਲਿਆ ਹੈ ਹੁਣ ਕੀ ਹੋਇਆ ਹੈ ਕਿ ਇੱਕ ਗਰੁੱਪ ਵਿੱਚ ਉਸ ਟੋਟਲ ਕੰਟੈਂਟ ਦੇ ਪਾਰਟ ਨੂੰ ਡਿਵਾਈਡ ਕਰ ਦਿੱਤਾ ਗਿਆ ਹੈ ਔਰ ਉਹਨਾਂ ਨੂੰ ਮਟੀਰੀਅਲ ਰੀਡ ਕਰਨ ਨੂੰ ਸਟੱਡੀ ਕਰਨ ਨੂੰ ਐਗਜ਼ਾਮਿਨ ਕਰਨ ਨੂੰ ਉਸ ਤੇ ਵਰਕ ਕਰਨ ਨੂੰ ਦਿੱਤਾ ਜਾਂਦਾ ਹੈ ਇੰਡੀਪੈਂਡੈਂਟਲੀ ਉਹ ਆਪਣਾ ਆਪਣਾ ਕੰਮ ਪੜ੍ਹਦੇ ਹਨ ਹਜੇ ਇਹ ਦੂਸਰੇ ਨਾਲ ਗੱਲਬਾਤ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਕੋਆਪਰੇਟ ਨਹੀਂ ਕਰਦੇ ਥਿੰਕਿੰਗ ਸ਼ੇਅਰ ਨਹੀਂ ਕਰਦੇ ਇਸ ਤੋਂ ਬਾਅਦ ਜਦੋਂ ਇਹ ਪੂਰੀ ਤਰ੍ਹਾਂ ਰੀਡ ਕਰ ਲੈਂਦੇ ਨੇ ਸਾਰੇ ਗਰੁੱਪ ਤਾਂ ਇਹ ਇਹ ਜਿਗਸਾ ਗਰੁੱਪ ਨੂੰ ਐਕਸਪਰਟ ਗਰੁੱਪ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਹੈ ਇਹ ਕਨਫਿਊਜ਼ ਨਾ ਹੋ ਜਾਣਾ ਐਕਸਪਰਟ ਗਰੁੱਪ ਇਹ ਨਹੀਂ ਹਨ ਇਹ ਚਾਰੋਂ ਐਗਜ਼ਾਮਪਲ ਸਿਰਫ ਜਿਗਸਾ ਦੀਆਂ ਹਨ 1 2 3 4 ਹੈਨਾ ਐਕਸਪਰਟ ਗਰੁੱਪ ਕਿਦੋਂ ਜਾਣਾ ਆ ਕਿ ਜਿਹੜਾ ਕੰਟੈਂਟ ਏ ਸੀ ਫੰਡਾਮੈਂਟਲ ਰਾਈਟ ਪਹਿਲਾ ਜਿਹੜਾ ਸੀ ਉਹ ਇਹ yellow ਵਾਲਾ ਬੱਚਾ ਇਸ ਨੂੰ ਔਰ ਇਹ ਤੀਜੇ ਗਰੁੱਪ ਦਾ ਚੌਥੇ ਗਰੁੱਪ ਦਾ ਇਹਨਾਂ ਸਾਰਿਆਂ ਨੇ ਹੁਣ ਫੰਡਾਮੈਂਟਲ ਰਾਈਟ ਆਪਣਾ ਆਪਣਾ ਪੜਿਆ ਹੈ ਹੁਣ ਇਹਨਾਂ ਦਾ ਇੱਕ ਵੱਖਰਾ ਗਰੁੱਪ ਬਣ ਗਿਆ ਮਤਲਬ ਚਾਰ ਜਣਿਆਂ ਦਾ ਇੱਕ ਵੱਖਰਾ ਗਰੁੱਪ ਬਣ ਗਿਆ ਉਹ ਗਰੁੱਪ ਨੂੰ ਕਿਹਾ ਐਕਸਪਰਟ ਗਰੁੱਪ ਇਸੇ ਤਰ੍ਹਾਂ ਨੀਲੇ ਵਾਲੇ ਇਹ ਸਾਰੇ ਮਿਲ ਗਏ ਅਲੱਗ ਗਰੁੱਪ ਨਾ ਆਤਾ B ਪਾਰਟ ਤੇ ਪੜਨਗੇ ਇਹ ਦੂਸਰਾ ਐਕਸਪਰਟ ਗਰੁੱਪ ਇਸੇ ਤਰ੍ਹਾਂ ਤੀਸਰਾ ਚੌਥਾ ਪੰਜਵਾਂ ਐਕਸਪਰਟ ਗਰੁੱਪ ਮਤਲਬ ਜਿੱਥੇ ਰੰਗ ਜਿਹੜੇ ਨੇ ਉਹਨਾਂ ਨੂੰ ਮਿਲਾ ਦਿੱਤਾ ਉਹ ਬੱਚਿਆਂ ਨੂੰ ਹੁਣ ਕੀ ਕਰ ਰਹੇ ਨੇ ਇਹਨਾਂ ਨੇ ਜੋ ਸੈਲਫ ਸਟੱਡੀ ਕੀਤੀ ਸੀ ਉਹ ਸ਼ੇਅਰ ਕਰਦੇ ਨੇ ਹੁਣ ਐਕਸਪਰਟ ਗਰੁੱਪ ਜਿਹੜੇ ਇਹਨਾਂ ਦੇ ਵਿੱਚ ਮਿਸਕਨਸੈਪਟ ਸੀ ਕਮੀਆਂ ਸੀ ਡਾਊਟ ਸੀ ਕੁਐਸਚਨ ਸੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਨ ਹਨ ਇਹ ਸੇਮ ਪ੍ਰੋਬਲਮ ਨੂੰ ਸੈਲਫ ਫੰਡਾਮੈਂਟਲ ਰਾਈਡ ਨੂੰ ਦੂਸਰੇ ਦੇ ਪਰਸਪੈਕਟਿਵ ਤੋਂ ਦੇਖਦੇ ਹਨ ਹੁਣ ਕੀ ਹੈ ਕਿ ਇਹਨਾਂ ਦੀ ਨੌਲੇਜ ਜਿਹੜੀ ਸੀ ਜ਼ਿਆਦਾ ਰਿਚ ਹੋ ਗਈ ਇਹ ਚਾਰ ਗਰੁੱਪ ਨੇ ਇੱਕ ਹੀ ਪਾਰਟ ਤੇ ਸਟੱਡੀ ਕੀਤਾ ਸੀ ਇਹ ਉਹਦਾ ਐਕਸਪਰਟ ਬਣ ਗਿਆ ओके ਇਹ ਦੂਸਰੇ ਦੇ ਬਣ ਗਏ ਤੀਸਰੇ ਦੇ ਚੌਥੇ ਦੇ ਪੰਜਵੇਂ ਦੇ ਐਕਸਪਰਟ ਬਣ ਗਏ ਹੁਣ ਕੀ ਹੋਇਆ ਕਿ ਐਕਸਪਰਟ ਬਣਨ ਤੋਂ ਬਾਅਦ ਇਹਨਾਂ ਨੂੰ ਵਾਪਸ ਫਿਰ ਜਿਗਸਾ ਗਰੁੱਪ ਵਿੱਚ ਭੇਜ ਦਿੱਤਾ ਗਿਆ ਮਤਲਬ ਕਿ ਇਹ ਇਹ ਜਿਹੜੇ ਇਕੱਠੇ ਸੀ ਚਾਰ ਜਣੇ ਇਹਨੂੰ ਇਹਨਾਂ ਚ ਭੇਜ ਦਿੱਤਾ ਗਿਆ ਇਹ ਇਹਦੇ ਚ ਵਾਪਸ ਆ ਗਏ ਇੱਥੇ ਵਾਪਸ ਆ ਗਏ ਇਹ ਇੱਥੇ ਵਾਪਸ ਆ ਗਏ ਇੱਥੇ ਵਾਪਸ ਆ ਗਏ ਇੱਥੇ ਵਾਪਸ ਜਿਗਸਾ ਗਰੁੱਪ ਚ ਆ ਗਏ ਜਿਗਸਾ ਗਰੁੱਪ ਵਿੱਚ ਵਾਪਸ ਆਉਣ ਤੋਂ ਬਾਅਦ ਹੁਣ ਕੀ ਹੋਇਆ ਕਿ ਇਹ ਆ ਜਿਹੜਾ ਪਹਿਲਾ ਫੰਡਾਮੈਂਟਲ ਰਾਈਟ ਹੈ ਜਾਂ ਡਾਈਜੈਸਟਿਵ ਸਿਸਟਮ ਦਾ ਪਹਿਲਾ ਪੜਾਅ ਦਿੱਤੇ ਹੈ ਮਾਸ ਉਸ ਨੂੰ ਸ਼ੇਅਰ ਕਰਦੇ ਹਨ ਇਹਨਾਂ ਸਾਰਿਆਂ ਨੂੰ ਟੀਚ ਕਰਦੇ ਹਨ ਇਹਨਾਂ ਸਾਰਿਆਂ ਨੂੰ ਟੀਚ ਕਰਦੇ ਹਨ ਇਹਨਾਂ ਨੂੰ ਓਕੇ ਇਹ ਟੀਚ ਕਰਨ ਤੋਂ ਬਾਅਦ ਇਹ ਸਾਰੇ ਲਿਸਨ ਕਰਦੇ ਹਨ ਕੁਐਸਚਨਿੰਗ ਕਰਦੇ ਹਨ ਓਕੇ ਉਸ ਤੋਂ ਬਾਅਦ ਇਹ ਦੂਸਰਾ ਬੰਦਾ ਆਪਣਾ ਪਾਰਟ ਟੀਚ ਕਰਦਾ ਹੈ 1 2 3 4 ਬਾਕੀ ਜਣਿਆਂ ਨੂੰ ਇਸੇ ਤਰ੍ਹਾਂ ਤੀਜਾ ਗਰੁੱਪ ਟੀਚ ਕਰਦਾ ਹੈ ਬਾਕੀ ਜਣਿਆਂ ਨੂੰ ਚੌਥਾ ਬੱਚਾ ਆਪਣੇ ਫੰਡਾਮੈਂਟਲ ਰਾਈਟ ਨੂੰ ਟੀਚ ਕਰਦਾ ਹੈ ਪੰਜਵਾਂ ਬੱਚਾ ਆਪਣੇ ਫੰਡਾਮੈਂਟਲ ਰਾਈਟ ਨੂੰ ਟੀਚ ਕਰਦਾ ਹੈ ਸੋ ਇਸ ਤਰ੍ਹਾਂ ਐਕਸਪਰਟ ਗਰੁੱਪ ਦੀ ਨੌਲੇਜ ਹੁਣ ਬਾਕੀਆਂ ਦੇ ਵਿੱਚ ਸ਼ੇਅਰ ਹੋ ਚੁੱਕ ਹੋ ਗਈ ਟੀਚਰ ਟੀਚ ਨਹੀਂ ਕਰ ਰਹੀਆ ਪੀਅਰ ਟੀਚਿੰਗ ਹੋ ਰਹੀਆ ਇਹੀ ਪਰਪਸ ਸੀ ਉਸਦਾ ਸੋ ਉਸ ਤੋਂ ਬਾਅਦ ਇਹਨਾਂ ਦੀ ਟੈਸਟਿੰਗ ਹੈ ਕੁਇਜ਼ ਹੈ ਤੇ ਮਟੀਰੀਅਲ ਹੈ ਉਹ ਡਿਫਰੈਂਟ ਤਰ੍ਹਾਂ ਦਾ ਰਿਫਲੈਕਸ਼ਨ ਹੋ ਸਕਦੀਆਂ ਹਨ ਟੀਚਰ ਕੁਐਸਚਨ ਪੁੱਛ ਸਕਦਾ ਹੈ ਪ੍ਰੈਜੈਂਟੇਸ਼ਨ ਦੇ ਸਕਦੇ ਨੇ ਸੋ ਇਸ ਤਰ੍ਹਾਂ ਇਹ ਹੁੰਦਾ ਹੈ ਸੋ ਆਪਾਂ ਆ ਜਾਈਏ ਵਾਪਸ ਕਿ ਪੜੀਏ ਦੁਬਾਰਾ ਇਹ ਤੇ ਸਿਰਫ ਇੱਕ ਕਨਫਿਊਜ਼ਨ ਤੁਹਾਨੂੰ ਲੱਗਦੀ ਹੋ ਸਕਦੀ ਹੈ ਕਿ ਫ੍ਰਮ ਡਿਫਰੈਂਟ ਕਲਚਰਲ ਬੈਕਗਰਾਉਂਡ ਜਦੋਂ ਇੱਕ ਗਰੁੱਪ ਬਣਾਏ ਜਾਂਦੇ ਹਨ ਇਹ ਹੈਟਰੋਜੀਨੀਅਸ ਹੁੰਦੇ ਹਨ ਇਹਦਾ ਬੈਸਟ ਆਨਸਰ ਹੁੰਦਾ ਹੈ ਦੁਬਾਰਾ ਵੀ ਇਹ ਕੁਐਸਚਨ ਆ ਸਕਦਾ ਹੈ ਕਿ ਗਰੁੱਪ ਦੀ ਨੇਚਰ ਬੈਸਟ ਕਿਹੜੀ ਹੈ ਆ ਹੈਟਰੋਜੀਨੀਅਸ ਹੈਟਰੋਜੀਨੀਅਸ ਮੀਨ ਕਿ ਇਹਨਾਂ ਦੇ ਡਿਸਿਮਿਲੈਰਿਟੀ ਹੈ ਡਿਸਿਮਿਲੈਰਿਟੀ ਜੈਂਡਰ ਦੇ ਬੇਸ ਤੇ ਹੋ ਸਕਦੀ ਹੈ ਆਈਕਿਊ ਦੇ ਬੇਸ ਤੇ ਹੋ ਸਕਦੀ ਹੈ ਪ੍ਰੀਵੀਅਸ ਅਚੀਵਮੈਂਟ ਇਨ ਸੋਸ਼ਲ ਸਟੱਡੀ ਕਿਉਂਕਿ ਫੰਡਾਮੈਂਟਲ ਰਾਈਟ ਹਨ ਉਹਦੇ ਬੇਸ ਤੇ ਹੋ ਸਕਦੀ ਹੈ ਕਲਚਰਲ ਬੈਕਗ੍ਰਾਉਂਡ ਦੇ ਬੇਸ ਤੇ ਹੋ ਸਕਦੀ ਹੈ ਸੋ ਉਹ ਡਾਈਵਰਸਿਟੀ ਨੂੰ ਇੱਥੇ ਸਿਰਫ ਦੱਸਿਆ ਗਿਆ ਹੈ ਵਾਪਸ ਆ ਜਾਈਏ ਇਸ ਅ ਕਲਾਸਰੂਮ ਇਨ ਵਿਚ ਸਟੂਡੈਂਟਸ ਆਰ ਫਰਮ ਡਿਫਰੈਂਟ ਕਲਚਰਲ ਬੈਕਗ੍ਰਾਉਂਡ ਕੋਆਪਰੇਟ ਬਾਇ ਡੂਇੰਗ ਡਿਫਰੈਂਟ ਪਾਰਟਸ ਆਫ ਅ ਪ੍ਰੋਜੈਕਟ ਟੂ ਰੀਚ ਅ ਕਾਮਨ ਗੋਲ ਸਿੰਪਲ ਗੱਲ ਹੈ ਜਿਗਸਾ ਹੈ इस तरह थिंक पेयर शेयर इतने पेयर शेयर क्लासरूम है यदा पूरा नाम है थिंक पेयर शेयर पहला बच्चे को क्वेश्चन ज मीरियल दिता जाता है, है उसे सोचना होंगे है टीचर क्वेश्चन दिता है वह सोचता है थिंक ਫਿਰ ਉਹਨਾਂ ਦੀ ਸ਼ੇਅਰਿੰਗ ਗਰੁੱਪ ਨਾ ਦਿੱਤੇ ਜਾਂਦੇ ਫਿਰ ਇਕੱਠੇ ਮਿਲ ਕੇ ਡਿਸਕਸ ਕਰਦੇ ਨੇ ਸੋ ਇਸ ਤਰ੍ਹਾਂ ਦੀਆਂ ਟੈਕਨੀਕਸ ਇਨ ਲਾਰਜ ਨੰਬਰ ਆਫ ਟੈਕਨੀਕਸ ਨੇ ਮੈਂ ਆਪਣੀ ਬੁੱਕ ਵਿੱਚ ਇਹ ਸਾਰੀਆਂ ਟੈਕਨੀਕਸ ਦਿੱਤੀਆਂ ਹੋਈਆਂ ਨੇ ਐਸਜੀ ਪਬਲਿਸ਼ਰ ਤੋਂ ਜਿਹੜੀ ਛਪਦੀ ਹੈ ਤੇ ਅਸੀਂ ਕਿਸੇ ਡਿਫਰੈਂਟ ਵੀਡੀਓ ਚ ਇਹਨਾਂ ਨੂੰ ਡਿਸਕਸ ਕਰ ਲਾਂਗੇ ਰਿਐਲਿਟੀ ਵਿੱਚ ਇਹ ਨਿਊ ਐਜੂਕੇਸ਼ਨ ਪਾਲਿਸੀ ਨਿਊ ਕਰਿਕੂਲਮ ਫਰੇਮਵਰਕ ਸਾਰੇ ਅਪਲਾਈ ਕਰਨ ਲਈ ਕਹਣਗੇ ਵੈਗੋਸਟਕੀ ਨੂੰ ਸਮਝਣਾ ਹੈ ਸਮਝਿਆ ਜਾ ਸਕਦਾ ਹੈ ਨੈਕਸਟ ਹੈ ਐਰਿਕਸਨ ਥਿਉਰੀ ਆਫ ਡਿਵੈਲਪਮੈਂਟ ਕਮਸ ਅੰਡਰ ਐਰਿਕਸਨ ਦੀ ਥਿਉਰੀ ਇਸ ਸਾਈਕੋਸੋਸ਼ਲ ਡਿਵੈਲਪਮੈਂਟ ਇਥੇ ਨਾਮ ਲਿਖਣ ਲੱਗਾ ਹਾਂ ਅ ਅੱਗੇ ਜਾ ਕੇ ਇਥੇ ਸਾਈਕੋ ਪੀ ਐਸ ਵਾਈ ਸੀ ਐਚਓ ਸਾਈਕੋਸੋਸ਼ਲ ਸੋਸ਼ਲ ਡਿਵੈਲਪਮੈਂਟ ਓਕੇ ਅ ਥਿਉਰੀ 1 2 3 4 5 6 7 8 ਸਟੇਜ ਇਨ ਔਰ a ਬਰਥ ਤੋਂ ਲੈ ਕੇ b ਤੋਂ ਲੈ ਕੇ ਪੈਨ ਬਦਲ ਕੇ b ਤੋਂ ਲੈ ਕੇ ਅ ਡੈਥ ਤੱਕ ਦੀ ਥਿਊਰੀ ਹੈ ਲਾਈਫ ਲੌਂਗ ਥਿਊਰੀ ਹੈ ਸੋ ਇਹਦੇ ਵਿੱਚ ਦੋ ਮੇਨ ਚੀਜ਼ਾਂ ਹਨ ਇੰਡੀਵਿਜੂਅਲ ਹੈ ਇੰਡੀਵਿਜੂਅਲ ਦੀ ਸਾਈਕੀ ਹੈ ਔਰ ਇਧਰ ਸੋਸ਼ਲ ਡਿਮਾਂਡ ਨੇ ਸੋਸ਼ਲ ਡਿਮਾਂਡ ਨੇ ਸੋਸ਼ਲ ਇਸ਼ੂ ਹੈ ਅ ਸੋ ਇਹਨਾਂ ਸੋਸਾਇਟੀ ਦੀ ਡਿਮਾਂਡ ਹੁੰਦੀ ਹੈ ਅ ਜਿਹੜੀ ਡਿਮਾਂਡ ਹੁੰਦੀ ਹੈ ਹਰ ਏਜ ਵਿੱਚ ਬਰਥ ਤੋਂ ਸ਼ੁਰੂ ਹੋ ਜਾਂਦੀ ਹੈ ਉਹ ਕਨਫਲਿਕਟ ਪੈਦਾ ਕਰਦੀ ਹੈ ਕਨਫਲਿਕਟ ਹੈ ਨਾ ਫॉर एग्जांपल ਕਿ ਇਸ ਉਮਰ ਵਿੱਚ ਬੱਚੇ ਨੂੰ ਕੈਰੀਅਰ ਸਿਲੈਕਟ ਕਰ ਲੈਣਾ ਚਾਹੀਦਾ ਹੈ ਇਹ ਜਿਹੜਾ ਅਸੀਂ ਆਇਡੈਂਟੀਟੀ ਕ੍ਰਾਈਸਿਸ ਕਹਿੰਦੇ ਹਾਂ ਇਹ ਕਨਫਲਿਕਟ ਹੀ ਉਸਨੂੰ ਕ੍ਰਾਈਸਿਸ 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 ਕਹਿੰਦੇ ਹਨ ਸਪੈਲਿੰਗ ਗਲਤ ਹੋ ਸਕਦੇ ਹੈ ਸੋ ਪੰਜਵੇਂ ਵਿੱਚ ਆਇਡੈਂਟੀਟੀ ਕ੍ਰਾਈਸਿਸ ਹੁੰਦਾ ਹੈ ਆਇਡੈਂਟੀਟੀ ਕ੍ਰਾਈਸਿਸ ਕਿ ਮੈਂ ਕੈਰੀਅਰ ਕਿਹੜਾ ਔਰ ਮੇਰੀ ਸੈਕਸੁਅਲ ਆਈਡੈਂਟੀਟੀ ਕੀ ਹੋਣੀ ਚਾਹੀਦੀ ਔਰ ਨਾਰਮਲੀ ਉਹ ਪੇਰੈਂਟਸ ਤੋਂ ਵੱਖਰੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਹਰ ਸਟੇਜ ਵਿੱਚ ਇੱਕ ਕ੍ਰਾਈਸਿਸ ਹੁੰਦਾ ਹੈ ਜੇ ਤਾਂ ਉਹ ਸ਼ਖਸ ਸਾਈਕਲੋਜੀਕਲੀ ਸਟਰੋਂਗ ਬਣ ਕੇ ਉਸ ਕ੍ਰਾਈਸਿਸ ਨੂੰ ਸੋਲਵ ਕਰ ਲੈਂਦਾ ਹੈ ਤਾਂ ਉਸ ਵਿੱਚ ਪੋਜ਼ਿਟਿਵ ਟ੍ਰੇਟ ਡਿਵੈਲਪ ਹੋ ਜਾਂਦਾ ਹੈ ਜੇ ਉਹ ਸੋਲਵ ਨਹੀਂ ਕਰ ਪਾਉਂਦਾ ਤਾਂ ਉਸ ਵਿੱਚ ਨੈਗੇਟਿਵ ਟ੍ਰੇਟ ਡਿਵੈਲਪ ਹੋ ਜਾਂਦੇ ਨੇ ਉਹ ਜਿਹੜੇ ਸਾਰੀ ਥਿਉਰੀ ਵਿੱਚ ਇਹ ਅੱਠ ਨਾਮ ਹਨ ਉਹ ਨਾਮ ਇਹ ਪਹਿਲਾ ਅੱਖਰ 네ਗੇਟਿਵ ਜਾਂ ਸੌਰੀ ਪਹਿਲਾ ਪੋਜ਼ਿਟਿਵ ਦਾ ਹੈ ਦੂਸਰਾ 네ਗੇਟਿਵ ਦਾ ਫਾਰ ਐਗਜ਼ਾਮਪਲ ਟਰਸਟ ਵਰਸਸ ਮਿਸਟਰਸਟ ਜੇ ਉਸਨੇ ਡੀਲ ਕਰ ਲਿਆ ਸਮਾਜ ਨੂੰ ਜਨਮ ਹੋਇਆ ਬੱਚੇ ਦਾ ਤੇ ਬੱਚੇ ਦੀ ਕੇਅਰ ਨਹੀਂ ਹੋ ਰਹੀ ਬੱਚੇ ਨੂੰ ਦੁੱਧ ਮੰਗੇ ਤੇ ਨਹੀਂ ਮਿਲਦਾ ਉਹਦੀ ਉਸ ਨੂੰ ਟਾਇਲਟ ਵਾਸ਼ਰੂਮ ਕੀਤਾ ਉਸ ਨੂੰ ਦੇਖਿਆ ਨਹੀਂ ਜਾਂਦਾ ਤੇ ਉਹ ਸੋਚਦਾ ਹੈ ਯਾਰ ਇਹ ਮੈਂ ਕਿਹੜੇ ਸੰਸਾਰ ਵਿੱਚ ਆ ਗਿਆ ਮੈਂ ਸੇਫ ਨਹੀਂ ਹਾਂ ਇੱਥੇ ਮਿਸਟਰਸਟ ਹੋ ਗਿਆ ਉਸ ਦਾ ਇਸ ਸੰਸਾਰ ਚ ਡਵੈਲਪ ਜੇ ਉਸ ਦੀ ਮਦਰ ਉਸ ਦੀ ਕੇਅਰ ਕਰਦੀ ਹੈ ਉਸ ਨੂੰ ਫੀਡਿੰਗ ਟਾਈਮ ਸਰਦਨਦੀ ਹੈ ਉਸ ਨੂੰ ਪਿਆਰ ਕਰਦੀ ਹੈ ਫਿਰ ਉਸ ਨੂੰ ਟਰਸਟ ਡਵੈਲਪ ਹੋ ਜਾਂਦਾ ਹੈ ਟਰਸਟ ਨਹੀਂ ਤਾਂ ਮਿਸਟਰਸਟ ਸੋ ਹਰ ਸਟੇਜ ਤੇ ਇਹ ਗੱਲਾਂ ਹੁੰਦੀਆਂ ਹਨ ਸੋ ਇਹ ਇਹ ਜੋ ਐਰਿਕਸਨ ਨੇ ਹੈ ਇਹ ਗਾਈਡੈਂਸ ਲਈ ਕਿੱਥੋਂ ਮੋਟੀਵੇਟ ਕਿੱਥੋਂ ਹੋਇਆ ਇਹ ਸਿਗਮੰਡ ਫਰਾਇਡ ਦੀ ਥਿਊਰੀ ਸੀ ਸਾਈਕੋਸੈਕਸੂਅਲ ਥਿਉਰੀ ਜਾਂ ਸਾਈਕ ਐਸ ਸਾਈਕੋਸੈਕਸੂਅਲ ਸੈਕਸੂਅਲ ਥਿਉਰੀ ਸੋ ਇਹ ਕਿਹਦੇ ਅੰਡਰ ਆਉਂਦੀ ਹੈ ਸਾਈਕੋ ਐਨਾਲਿਟਿਕਲ ਥਿਉਰੀ ਦੇ ਕਿ ਸਾਈਕੋਲੋਜੀਕਲ ਅਸਪੈਕਟ ਨੂੰ ਐਨਾਲਿਸਿਸ ਉਹਦਾ ਕੀਤਾ ਜਾਂਦਾ ਹੈ ਫਰਾਇਡ ਨੇ ਕਿਹਾ ਸੀ ਸੈਕਸੂਅਲ ਫੋਰਸਸ ਜਿਹੜੀਆਂ ਕੰਪੈਲ ਕਰਦੀਆਂ ਹਨ ਸਾਈਕੋਲੋਜੀਕਲ ਅਬਨੋਰਮੈਲਿਟੀ ਜਾਂ ਨੋਰਮੈਲਿਟੀ ਜਾਂ ਪਰਸਨੈਲਿਟੀ ਸਹੀ ਜਾਂ ਮਾੜੀ ਡਿਵੈਲਪਮੈਂਟ ਹੋਣ ਦਾ ਕਾਰਨ ਜਿਹੜਾ ਸੈਕਸੂਅਲ ਫੋਰਸ ਨੂੰ ਉਸਨੇ ਕਿਹਾ ਸੀ ਲੇਕਿਨ ਸਿਗਮੰਡ ਫਰਾਇਡ ਤੋਂ ਬਾਅਦ ਉਸਨੇ ਸਾਈਕੋਲੋਜੀਕਲ ਡਿਵੈਲਪਮੈਂਟ ਜਾਂ ਪਰਸਨੈਲਿਟੀ ਡਿਵੈਲਪਮੈਂਟ ਨੂੰ ਸੋਸ਼ਲ ਫੋਰਸਸ ਦੇ ਨਾਲ ਐਕਸਪਲੇਨ ਕੀਤਾ ਹੈ ਕਿਸ ਨੇ ਐਰਿਕਸਨ ਨੇ ਸੋ ਇਹ ਦੋਨੇ ਥਿਉਰੀਆਂ ਆਂਦੀਆਂ ਹਨ ਅੰਡਰ ਦੀ ਸਾਈਕੋਐਨਾਲਿਟਿਕਲ ਸੋ ਇਹਦੇ ਵਿੱਚ ਕੁਐਸਚਨ ਕੀ ਹੈ ਐਰਿਕਸਨ ਥਿਉਰੀ ਆਫ ਡਿਵੈਲਪਮੈਂਟ ਕਮਸ ਅੰਡਰ ਸਾਈਕੋ ਐਨਾਲਿਟিক্যাল ਥਿਉਰੀ ਆਫ ਚਾਈਲਡ ਬਿਹੇਵੀਅਰਿਸਟਿਕ ਜਿਹਦੇ ਵਿੱਚ ਐਸ ਆਰ ਥਿਉਰੀ ਸਟਿਮਲਸ ਰਿਸਪੌਂਸ ਥਿਉਰੀ ਥੌਂਡਾਈਕ ਵੀ ਆਂਦੀ ਹੈ ਸਕਿਨਰ ਹੈ ਹਲ ਹੈ ਪਾਵਲੋਵ ਹੈ ਵਾਟਸਨ ਹੈ ਇਹ ਥਿਉਰੀਜ਼ ਆ ਜਾਂਦੀਆਂ ਹਨ ਇਹ ਇਸ ਤੋਂ ਇਲਾਵਾ ਕognitive ਥਿਉਰੀ ਆਫ ਚਾਈਲਡ ਇਹਦੇ ਵਿੱਚ ਇਨਫੋਰਮੇਸ਼ਨ ਜੋ ਹੈ ਮੈਮਰੀ ਮਾਡਲ ਤੇ ਬੇਸ ਤੇ ਜੋ ਹੈ ਥਿਉਰੀਜ਼ ਹੈ ਉਹ ਸਾਰੀਆਂ ਆ ਜਾਂਦੀਆਂ ਹਨ ਕਨਸਟਰਕਟਿਵਿਸਟ ਹੈ ਪਿਆਜੇ ਵੈਗੋਸਕੀ ਬਰੂਨਰ ਜான் ਡੀਵੀ ਇਹਨਾਂ ਦੀਆਂ ਥਿਉਰੀਜ਼ ਆ ਜਾਂਦੀਆਂ ਹਨ ਜੇ ਜਿੰਨੇ ਹੁਣ ਦੱਸਿਆ ਹੈ ਇਹ ਨਾਰਮਲੀ ਆ 10 15 ਕੁਐਸਚਨ ਬਣਦੇ ਹਨ ਸਿੱਧੇ ਪੁੱਛੇ ਜਾ ਸਕਦੇ ਹਨ ਡਿਟੇਲ ਵਿੱਚ ਵੱਖਰੀ ਤਰ੍ਹਾਂ ਕਰਾਂਗੇ ਜ਼ਰੂਰ ਕਰਾਂਗੇ ਜੇ ਤੁਸੀਂ ਚਾਹੁੰਦੇ ਹੋ ਕਿ ਲਰਨਿੰਗ ਮੈਨੇਜਮੈਂਟ ਸਿਸਟਮ ਦੇ ਵਿੱਚ ਪੜ੍ਹਨਾ ਹੈ ਤਾਂ ਮੈਂ ਇਹ ਇੱਕ ਚੀਜ਼ ਪੜਾ ਕੇ ਫਾਰ ਐਗਜ਼ਾਮਪਲ ਮੈਂ ਕੋਈ ਵੀ ਥੀਰੀਜ਼ ਪੜਾਈਆਂ ਇੱਕ ਥੀਰੀ ਪੜਾਈ ਉਸ ਦੇ ਨਾਲ ਰਿਲੇਟਡ 10 10 15 20 30 40 ਜਿੰਨੇ ਵੀ ਕੁਐਸਚਨ ਰੈਲੇਵੈਂਟ ਬਣਦੇ ਨੇ ਤਾਂ ਜੋ ਉਸ ਵੀਡੀਓ ਚੋ ਸਮਝ ਆਇਆ ਹੈ ਤੇ ਨੌਲੇਜ ਤੁਹਾਡੀ ਐਕਸਟੈਂਡ ਹੋਵੇ ਫਿਰ ਤੁਹਾਨੂੰ ਰਜਿਸਟਰ ਹੋਣਾ ਪਏਗਾ ਰਜਿਸਟਰ ਹੋ ਕੇ ਉਹਦੀ ਥੋੜੀ ਮਿਨੀਮਲ ਫੀਸ ਹੋਏਗੀ ਕਿਉਂਕਿ ਅਸੀਂ ਵੀ ਅੱਗੇ ਪੇ ਕਰਨਾ ਹੈ ਉਸ ਤਰ੍ਹਾਂ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਬੈਟਰ ਕਰ ਸਕਦੇ ਹੋ ਅਗਰ ਨਹੀਂ ਤਾਂ ਇਸ ਤਰ੍ਹਾਂ ਤਾਂ ਇਹ ਫ੍ਰੀ ਵਾਲੀ ਚੱਲੇਗੀ ਹੀ ਚੱਲੇਗੀ ਥਰਸਟਨ the group of factor structure of intelligence does not include which of the following memory based hai uh, tharthon de intelligence de smuh karak banter de hete likhe ke. kede uh, karak shamil nahi han uh, so ohna de eh, je eh, do tarah diyan theories ne eh, intelligence diyan ek cognitive theories cognitive theories aur pehliyan jehdiyan theories si, factor theory si factors theories jehdiyan si oh uh, factor mean ability okay ਤੋ ਫੈਕਟਰ ਸਟਰਕਚਰ ਇੱਕ ਸਟੈਟਿਸਟਿਕਲ ਟੈਕਨੀਕ ਹੈ ਕੁਆਂਟੀਟੇਟਿਵ ਟੈਕਨੀਕ ਹੈ ਜਿਸ ਦੇ ਬੇਸ ਤੇ ਡਾਟਾ ਪੋਪੂਲੇਸ਼ਨ ਚੋਂ ਕਲੈਕਟ ਕਰਕੇ ਉਹਦੇ ਫੈਕਟਰ ਅਬਿਲਿਟੀਆਂ ਅਲੱਗ-ਅਲੱਗ ਆਇਡੈਂਟੀਫਾਈ ਕੀਤੀਆਂ ਜਾਂਦੀਆਂ ਸਨ ਕਿਸੇ ਵੀਡੀਓ ਚ ਦੱਸਾਂਗਾ ਵੈਰੀ ਈਜ਼ੀ ਹੈ ਇਥੇ ਡਿਫਿਕਲਟ ਲੱਗੇਗਾ ਸੋ ਜਿਹੜਾ ਅ ਥਰਸਟਨ ਨੇ ਉਹ 7 ਫੈਕਟਰ ਜਾਂ ਪ੍ਰਾਇਮਰੀ ਮੈਂਟਲ ਅਬਿਲਿਟੀਆਂ ਉਸ ਨੂੰ ਕਿਹਾ ਸੀ ਗਰੁੱਪ ਫੈਕਟਰ ਹੈ ਜਦੋਂ ਇੱਕ ਹਾਂ ਇਸ ਦੇ نیچے ਲਿੰਕ ਦਿੱਤਾ ਗਿਆ ਹੋਵੇਗਾ ਥਿਉਰੀਜ਼ ਆਫ ਇੰਟੈਲੀਜੈਂਸ ਆਪੀਸ਼ ਪ੍ਰਾਣੀ ਵੀਡੀਓ ਬਣੀ ਹੈ ਉਹ ਦੇਖ ਲੈਣਾ ਤੁਹਾਨੂੰ इजीली ਸਾਰੀਆਂ ਇੰਟੈਲੀਜੈਂਸ ਥਿਉਰੀਜ਼ ਦੀ ਸ਼ਾਇਦ ਥੋੜੀ ਜੀ ਸਮਝ ਆ ਜਾਏ ਜਿਨਾਂ ਆਈ ਤਾਂ ਪਦਵਾਰ ਪੜਾ ਦਾਂਗੇ ਇਹਦੇ ਵਿੱਚ ਨੰਬਰ ਸ਼ਾਮਲ ਹੈ ਵਰਡ ਫਲੂਐਂਸੀ ਵੀ ਸ਼ਾਮਲ ਹੈ ਔਰ ਮੈਮਰੀ ਵੀ ਸ਼ਾਮਲ ਹੈ ਔਰ ਐਬਸਟ੍ਰੈਕਟ ਥਿੰਕਿੰਗ ਨਹੀਂ ਸ਼ਾਮਲ ਇਹ ਦਾ ਰਾਈਟ ਆਨਸਰ ਹੋਏਗਾ ਕਿਉਂਕਿ ਇਹ ਥੌਰਨ ਡਾਈਕ ਨੇ ਤਿੰਨ ਤਰ੍ਹਾਂ ਦੀ ਇੰਟੈਲੀਜੈਂਸ ਦਿੱਤੀ ਸੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਥੌਰਨ ਡਾਈਕ ਨੇ ਕਿਹੜੀ ਐਬਸਟ੍ਰੈਕਟ ਥਿੰਕਿੰਗ ਕੰਕ੍ਰੀਟ ਥਿੰਕਿੰਗ ਐਂਡ ਸੋਸ਼ਲ ਥਿੰਕਿੰਗ ਸੋਸ਼ਲ ਥਿੰਕਿੰਗ ਰੂਟ ਕੌਜ਼ ਬਣੀ ਸੀ ਇਮੋਸ਼ਨਲ ਇੰਟੈਲੀਜੈਂਸ ਦਾ ਜੇ ਪੁੱਛਿਆ ਜਾਵੇ ਕਿ ਇਮੋਸ਼ਨਲ ਇੰਟੈਲੀਜੈਂਸ ਦਾ ਜਨਮ ਕਿਸ ਥਿਊਰੀ ਚ ਹੁੰਦਾ ਹੈ ਤਾਂ ਥੋਰਨਡਾਈਕ ਦੀ ਇੰਟੈਲੀਜੈਂਸ ਥਿਊਰੀ ਦਾ ਜਿਸ ਵਿੱਚ ਉਸਨੇ ਤਿੰਨ ਟਾਈਪਸ ਆਫ ਇੰਟੈਲੀਜੈਂਸ ਸੀ ਸੀ ਇੱਕ ਐਬਸਟ੍ਰੈਕਟ ਇੱਕ ਕੰਕ੍ਰੀਟ ਤੀਸਰੀ ਸੀ ਜਿਹੜੀ ਦੱਸੀਏ ਸੋਸ਼ਲ ਹੈ ਨਾ ਕਿ ਦੂਸਰੇ ਦੂਸਰੇ ਨੂੰ ਕਿੰਨਾ ਸਮਝ ਪਾਉਂਦੇ ਹਾਂ ਮਲਟੀਪਲ ਇੰਟੈਲੀਜੈਂਸ ਵਿੱਚ ਇਸ ਨੂੰ ਇੰਟਰਪਰਸਨਲ ਇੰਟੈਲੀਜੈਂਸ ਕਿਹਾ ਗਿਆ ਹੈ ਦੂਸਰੇ ਨੂੰ ਸਮਝ ਸਕਦੇ ਹਾਂ ਸੋ ਨੈਕਸਟ ਹੈ ਵਿਚ ਆਫ ਦਿ ਫੋਲੋਇੰਗ ਇਜ਼ ਨਾਟ ਨੂੰ ਸਰਕਲ ਕਰਨਾ ਹੈ పార్ਟ ਆਫ ਫੈਕਟਰ ਥਿਉਰੀਜ਼ ਆਫ ਇੰਟੈਲੀਜੈਂਸ ਇੱਥੇ ਮੈਂ ਮੇਰੇ ਖਿਆਲ ਦੱਸ ਦਿੰਦਾ ਹੈ ਫੈਕਟਰ ਥਿਉਰੀਜ਼ ਵਿੱਚ ਕੌਣ-ਕੌਣ ਆਉਂਦਾ ਹੈ ਥੌਨਡਾਈਕ ਯੈਸ ਪਹਿਲਾਂ ਤਾਂ ਤੁਸੀਂ ਲਾਓ ਇੱਥੇ ਲਿਖ ਦਵਾਂ ਤੁਹਾਨੂੰ ਈਜ਼ੀ ਰਹੇਗਾ ਫੈਕਟਰ ਥਿਉਰੀਜ਼ ਵਿੱਚ ਕੌਣ-ਕੌਣ ਆਉਂਦਾ ਹੈ ਇਹ ਇੱਥੇ ਚੱਲਦੇ ਹਾਂ ਅੱਗੇ ਜਾ ਕੇ ਇੱਥੇ ਲਿਖਤਾ ਫੈਕਟਰ ਥਿਉਰੀਜ਼ ਫੈਕਟਰ ਔਰ ਕੌਗਨੇਟਿਵ ਕੌਗਨੇਟਿਵ ਥਿਉਰੀਜ਼ ਆਫ ਇੰਟੈਲੀਜੈਂਸ ਫੈਕਟਰ ਵਿੱਚ ਪਹਿਲੀ ਥਿਉਰੀ ਕਿਹਦੀ ਸੀ ਲਗਭਗ ਬਿਨੇ ਦੀ ਵੀ ਚਲੋ ਸੀ ਲੇਕਿਨ ਅਪਰੂਵ ਜਿਹੜੀ ਅਸੀਂ ਕਰਦੇ ਹਾਂ ਆ ਸਕਿਨਰਜ਼ ਸਕਿਨਰਜ਼ ਟੂ ਫੈਕਟਰ ਓਕੇ ਥਰਸਟਨ ਥਰਸਟਨ ਅ ਗਰੁੱਪ ਫੈਕਟਰ ਜਾਂ ਪ੍ਰਾਇਮਰੀ 멘ਟਲ ਅਬਿਲਿਟੀਆਂ ਓਕੇ ਜੀ ਯੂ ਆਈ ਗਿਲਫੋਰਡ ਗਿਲਫੋਰਡ ਦੇ ਲੇਟੈਸਟ ਥਿਉਰੀ ਦੇ 180 ਫੈਕਟਰ ਨੇ ਓਕੇ ਹਰਾਰਕੀ ਉਸ ਦੀ ਗਾਗਨੇ ਦੀ ਹਰਾਰਕੀ ਨਹੀਂ ਹੈ ਇਹਦੇ ਵਿੱਚ ਉੱਤਰ ਵੀ ਹੋਏਗਾ ਇਹਦੇ ਵਿੱਚ ਵਰਣਨ ਵਰਣਨ ਹਰਾਰਕੀ ਥਿਉਰੀ ਇਹ ਵੀ ਫੈਕਟਰ ਥਿਉਰੀ ਹੈ ਓਕੇ ਸੋ ਫੈਕਟਰ ਥਿਉਰੀ ਇਹਦੇ ਵਿੱਚ ਉਹ ਕਿਹੜੀ ਹੋਗੀ ਥਰਸਟਨ ਵੀ ਹੈ ਗਿਲਫਰਡ ਵੀ ਹੈ ਵਰਨਨ ਵੀ ਹੈ ਸਟਨਬਰਗ ਦੀ ਥਿਊਰੀ ਕੋਗਨੇਟਿਵ ਥਿਊਰੀ ਹੈ ਇਸ ਤੋਂ ਇਲਾਵਾ ਮਲਟੀਪਲ ਇੰਟੈਲੀਜੈਂਸ ਥਿਊਰੀ ਗਾਰਡਨਰ ਦੀ ਥਿਊਰੀ ਕੋਗਨੇਟਿਵ ਥਿਊਰੀ ਹੈ ਜਿਹੜੀਆਂ ਮੋਸਟ ਪਪੂਲਰ ਹੋਣ ਥਿਊਰੀਜ਼ ਹੈ ਐਜੂਕੇਸ਼ਨ ਚ ਅਪਲਾਈ ਹੋ ਰਹੀਆਂ ਹੈ ਵਰਲਡ ਵਾਈਡ ਅਪਲਾਈ ਹੋ ਰਹੀਆਂ ਮਲਟੀਪਲ ਇੰਟੈਲੀਜੈਂਸ ਥਿਊਰੀ ਹੈ ਨੰਬਰ 1 ਤੇ ਸਟਨਬਰਗ ਦੀ ਵੀ ਹੋ ਰਹੀ ਹੈ ਲੇਕਿਨ ਇਹ ਮਲਟੀਪਲ ਇੰਟੈਲੀਜੈਂਸ ਨਾਲੋਂ ਥੋੜੀ ਪਿੱਛੇ ਹੈ ਸਟੈਨਫੋਰਡ ਬਿਨੇ ਸਕੇਲ ਕਿਸ ਤਰ੍ਹਾਂ ਦਾ ਸਕੇਲ ਸੀ ਸਟੈਨਫੋਰਡ ਬਿਨੇ ਸਕੇਲ ਸੀ ਫਾਰ ਐਗਜ਼ਾਮਪਲ ਉਸ ਨੂੰ ਸ਼ਬਦ ਨੂੰ ਕਿਸੇ ਪਿਕਚਰ ਨੂੰ ਆਇਡੈਂਟੀਫਾਈ ਬੱਚੇ ਦੇ ਸਾਹਮਣੇ ਰੱਖ ਕੇ ਇਹ ਬੇਟਾ ਇਸ ਨੂੰ ਇਹਨੂੰ ਪਰਿਭਾਸ਼ਿਤ ਕਰੋ ਇਹਦੀ ਕੀ ਇਹਦਾ ਕੀ ਮੀਨਿੰਗ ਹੈ ਹਨਾ ਛੋਟੇ ਬੱਚੇ ਨੂੰ ਪੁੱਛਿਆ ਜਾਂਦਾ ਸੀ ਬੇਟਾ ਇਹ ਕੀ ਹੈ ਕੋਈ ਚੀਜ਼ ਦਿਖਾ ਕੇ ਪੁੱਛਿਆ ਜਾਂਦਾ ਸੀ ਇਹ ਕੀ ਹੈ ਹੁਣ ਜਦੋਂ ਮੈਂ ਇਸ ਤਰ੍ਹਾਂ ਇਕੱਲਾ ਇਕੱਲਾ ਕੁਐਸਚਨ ਪੁੱਛ ਰਿਹਾ ਹਾਂ ਕੀ ਮੈਂ ਸਾਰੇ ਗਰੁੱਪ ਨੂੰ ਪੁੱਛ ਸਕਦਾ ਹਾਂ ਜੇ ਗਰੁੱਪ ਨੂੰ ਪੁੱਛਾਂਗਾ ਕਿਹਦਾ ਆਨਸਰ ਸਹੀ ਹੈ ਕਿਹਦਾ ਗਲਤ ਹੈ ਆਇਡੈਂਟੀਫਾਈ ਨਹੀਂ ਕਰਾਂਗਾ ਕਰ ਸਕਾਂਗਾ ਸੋ ਇਹ ਜਿਹੜੀਆਂ ਜਿਹੜੀ ਕਿੱਥੇ ਗਿਆ ਸਟੇਨਫੋਰਡ ਬਿਨੇ ਸਕੇਲ ਹੈ ਇਹ ਗਰੁੱਪ ਟੈਸਟ ਨਹੀਂ ਹੋ ਸਕਦਾ ਗਰੁੱਪ ਇਹਦੇ ਵਿੱਚ ਵੀ ਆ ਗਿਆ ਗਰੁੱਪ ਇਹਦੇ ਇੰਡੀਵਿਜੂਅਲ ਇੰਡੀਵਿਜੂਅਲ ਹਾਂ ਇਹ ਦੋ ਡਿਲੀਟ ਹੋ ਗਏ ਦੂਸਰਾ ਹੈ ਮੈਂ ਬੋਲ ਕੇ ਪੁੱਛ ਰਿਹਾ ਹਾਂ ਵਰਬਲ ਟੈਸਟ ਹੈ ਤੀਸਰਾ ਵਰਬਲ ਟੈਸਟ ਤਾਂ ਠੀਕ ਹੈ ਲੇਕਿਨ ਇਹ ਗਰੁੱਪ ਨਹੀਂ ਹੈ ਇੰਡੀਵਿਜੂਅਲ ਨੂੰ ਪੁੱਛਿਆ ਜਾਂਦਾ ਹੈ ਸੋ ਬੈਸਟ ਆਨਸਰ ਇਹਦਾ ਬਣਦਾ ਹੈ ਇੰਡੀਵਿਜੂਅਲ ਵਰਬਲ ਟੈਸਟ ਟਰਮਨ ਡਿਫਾਈਨ ਦਾ ਇੰਟੈਲੀਜੈਂਸ ਇਨ ਟਰਮ ਆਫ ਅ ਐਬਸਟ੍ਰੈਕਟ ਥਿੰਕਿੰਗ ਹੈ ਇਹ ਸੋ ਇੱਕ ਕਰੈਮਿੰਗ ਵਾਲੀਆਂ ਜਾਂ ਮੈਮਰੀ ਲੈਵਲ ਤੇ ਕਰੈਮਿੰਗ ਨਹੀਂ ਕਵਾਂਗੇ ਮੈਮਰੀ ਲੈਵਲ ਤੇ ਹੈ ਐਸੋਸੀਏਸ਼ਨ ਨਾਲ ਇਸ ਨੂੰ ਯਾਦ ਕੀਤਾ ਜਾ ਸਕਦਾ ਹੈ ਹਾਂ ਹੁਣ ਦੇਖੋ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਟਰਮਨ ਡਿਫਾਈਨ ਇੰਟੈਲੀਜੈਂਸ ਇਟ ਮੀਨਸ ਇਹ ਕੁਐਸਚਨ ਦੱਸ ਰਿਹਾ ਹੈ ਕਿ ਤੁਹਾਨੂੰ ਮੇਜਰ ਇੰਟੈਲੀਜੈਂਸੀਆਂ ਡੈਫੀਨੇਸ਼ਨਸ ਜਿਹੜੀਆਂ ਹੈ ਉਹ ਯਾਦ ਹੋਣੀਆਂ ਚਾਹੀਦੀਆਂ ਹਨ ਜਾਂ ਉਹਨਾਂ ਦੇ ਸੈਂਟਰਲ ਆਈਡੀਆ ਪਤਾ ਹੋਣੇ ਚਾਹੀਦੇ ਹਨ ਸੋ ਇਸ ਤੇ ਇੱਕ ਵੀਡੀਓ ਪੂਰਾ ਬਨੇਗਾ ਹੂ ਗੇਵ ਦਾ ਕਨਸੈਪਟ ਆਫ ਕਿੰਡਰਗਾਰਟਨ ਕਿੰਡਰਗਾਰਟਨ ਸਾਡੇ ਵਰਡ ਚ ਤੁਸੀਂ ਇਹ ਸਾਡਾ ਬੱਚਾ ਕਿੱਚ ਪੜਦਾ ਹੈ ਕੇਜੀ ਚ ਪੜਦਾ ਹੈ ਜੀ ਹਨਾ किंडरगार्टन ਉਤੋਂ ਬਣਿਆ ਹੈ ਸੋ ਫਰੋਬਲ ਫਰੋਬਲ ਨੇ ਕਿਹਾ ਹੈ ਟੀਚਰ ਇੱਕ ਗਾਰਡਨ ਹੈ ਗਾਰਡਨਰ ਹੈ ਸਕੂਲ ਇੱਕ ਗਾਰਡਨ ਹੈ ਔਰ ਉਸ ਵਿੱਚ ਛੋਟੇ ਛੋਟੇ ਟੈਂਡਰ ਪਲੈਂਟਸ ਜਿਹੜੇ ਆ ਉਹ ਬੱਚੇ ਆ ਸੋ ਉਸ ਨੂੰ ਨੇ ਕਿੰਡਰਗਾਰਟਨ ਕਿਹਾ ਸੀ ਆਪਣੀ ਭਾਸ਼ਾ ਵਿੱਚ ਸੋ ਫਰੋਬਲ ਇਜ਼ ਅ ਰਾਈਟ ਆਨਸਰ ਨੈਕਸਟ ਹੈ கரੈਕਟ ਸੀਕੁਐਂਸ ਆਫ ਕੈਟੇਗਰੀਜ਼ ਆਫ ਲਰਨਿੰਗ ਆਊਟਕਮ ਇਨ ਅਫੈਕਟਿਵ ਡੋਮੇਨ आर है रिसीविंग है रिसीविंग है रिसीविंग है रिसीविंग है, है बिल्कुल ठीक है पहला रिसीविंग ही है दूसरा रिस्पोंडिंग ही है आर आर वी मेनू इस तरह या, याद है रावी वैल्यूइंग ऑर्गेनाइजिंग कैरेक्टरराइजेशन सो राइट आंसर आ मिल रहा है एदे विच की गड़बड़ है रिसीविंग है रिस्पोंडिंग है ऑर्गेनाइजेशन आ गया ये गलत हो गया एदे विच रिसीविंग है रिस्पोंडिंग है वैल्यूइंग है ऑर्गेनाइजेशन है ਅ ਇਹ ਵੀ ਆਰਗੇਨਾਈਜੇਸ਼ਨ ਹੈ ਐਂਡ ਕੈਰੈਕਟਰਾਇਜ਼ੇਸ਼ਨ ਹੈ ਇਹ ਤਾਂ ਬਿਲਕੁਲ ਸੇਮ ਹੋ ਗਿਆ ਰੀਸੀਵਿੰਗ ਰਿਸਪੌਂਡਿੰਗ ਵੈਲਿਊਇੰਗ ਵੈਲਿਊਇੰਗ ਹੋ ਗਿਆ ਆਰਗੇਨਾਈਜੇਸ਼ਨ ਐਂਡ ਕੈਰੈਕਟਰਾਇਜ਼ੇਸ਼ਨ ਇਹ ਨਹੀਂ ਪਤਾ ਦੋਨੇ ਸੇਮ ਆਪਸ਼ਨ ਨੇ ਇਹ ਰੀਸੀਵਿੰਗ ਰਿਸਪੌਂਡਿੰਗ ਆਰਗੇਨਾਈਜੇਸ਼ਨ ਇਹ ਗਲਤ ਹੋ ਗਿਆ ਹੈ ਨਾ ਸੋ ਇਹ ਮੀਜ ਨਾਲ ਯਾਦ ਕੀਤਾ ਜਾ ਸਕਦਾ ਹੈ ਨੈਕਸਟ ਚਲਦੇ ਹਾਂ ਇਹ ਰਾਈਟ ਆਨਸਰ ਬਣਦਾ ਹੈ ਰੀਸੀਵਿੰਗ ਰਿਸਪੌਂਡਿੰਗ ਵੈਲਿਊਇੰਗ ਆਰਗੇਨਾਈਜੇਸ਼ਨ ਐਂਡ ਕੈਰੈਕਟਰਾਇਜ਼ੇਸ਼ਨ ਰੀਸੀਵਿੰਗ ਰਿਸਪੌਂਡਿੰਗ ਵੈਲਿਊਇੰਗ ਆਰਗੇਨਾਈਜੇਸ਼ਨ ਐਂਡ ਕੈਰੈਕਟਰਾਈਜੇਸ਼ਨ ਅੱਗੇ ਚੱਲਦੇ ਹਾਂ ਮੈਮਰੀ ਬੇਸਡ ਕੁਐਸਚਨ ਨੇ ਹਿਲ ਜੋ ਭਾਜੀ ਯੈਸ ਅ ਨੈਕਸਟ ਹੈ ਇਹਨੂੰ ਰੱਬ ਕਰ ਦਈਏ ਮੈਂ ਡਰਦੀ ਰੱਬ ਰੱਬ ਕਰਦੀ ਏ ਡੀ ਐਚ ਡੀ ਸਟੈਂਡਸ ਫਾਰ ਮੋਸਟ ਬਹੁਤ ਜ਼ਿਆਦਾ ਕਾਮਨ ਅਟੈਂਸ਼ਨ ਡਿਫਿਸਿਟ ਹਾਈਪਰ ਐਕਟਿਵ ਡਿਸਆਰਡਰ ਓਕੇ ਅਟੈਂਸ਼ਨ ਡਿਸਆਰਡਰ ਗਲਤ ਹੋ ਗਿਆ ਅਟੈਂਸ਼ਨ ਡੈਫੀਸ਼ੀਐਂਸੀ ਗਲਤ ਹੋ ਗਿਆ ਅਟੈਂਸ਼ਨ ਡਿਸਆਰਡਰ ਗਲਤ ਹੋ ਗਿਆ ਅਟੈਂਸ਼ਨ ਡਿਫੀਸਿਟ ਬਿਲਕੁਲ ਠੀਕ ਹਾਈਪਰ ਐਕਟਿਵ ਡਿਸਆਰਡਰ ਇਹ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਜਿਹੜੇ ਅਟੈਂਸ਼ਨ ਲਗਾਤਾਰ ਅਟੈਂਸ਼ਨ ਸਪੈਨ ਬਹੁਤ ਘੱਟ ਹੁੰਦਾ ਹੈ ਜਿਨ੍ਹਾਂ ਦਾ ਬਿਹੇਵੀਅਰ ਇੰਪਲਸਿਵ ਹੁੰਦਾ ਹੈ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਜਿਹੜੇ ਇੱਕ ਜਗ੍ਹਾ ਟਿੱਕੇ ਜ਼ਿਆਦਾ देर ਬੈਠ ਨਹੀਂ ਸਕਦੇ ਇੱਕ ਚੀਜ਼ ਨੂੰ ਲਗਾਤਾਰ ਜ਼ਿਆਦਾਤਰ ਅਟੈਂਡ ਨਹੀਂ ਕਰ ਸਕਦੇ ਔਰ ਇਹ ਇਹਨਾਂ ਲਈ ਅਕੈਡੈਮਿਕ ਕੰਮ ਕਰਨੇ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦੇ ਟੀਚਰ ਲਈ ਇੱਕ ਚੈਲੰਜ ਹੁੰਦਾ ਹੈ ਲੇਕਿਨ ਇਸ ਦੀ ਫੁੱਲ ਫਾਰਮ ਸਿੰਪਲ ਹੈ ਅ ਅਟੈਂਸ਼ਨ ਡਿਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਨੈਕਸਟ ਹੈ ਡੈਸ਼ ਆਰ ਪ੍ਰੋਬਲਮ ਇਨ ਪ੍ਰੋਨਾਨਸਿੰਗ ਸਾਊਂਡਸ ਕਰੈਕਟਲੀ ਹਾਂ ਸੋ ਰਾਈਟ ਆਨਸਰ ਇਹਦਾ ਆਰਟੀਕੂਲੇਸ਼ਨ ਡਿਸਆਰਡਰ ਹੈ ਸੋ ਇੱਥੇ ਇਸ ਦੀ ਡੈਫੀਨੇਸ਼ਨ ਪੜ੍ਹੀ ਜਾ ਸਕਦੀ ਸੀ ਜ਼ਰੂਰਤ ਨਹੀਂ ਹੈ ਪ੍ਰੋਨਨਸੀਏਸ਼ਨ ਨਾਲ ਆਰਟੀਕੂਲੇਸ਼ਨ ਕੋ ਨਹੀਂ ਹੈ ਕੋਈ ਐਸੋਸੀਏਸ਼ਨ ਨਹੀਂ ਬਣ ਰਹੀ ਪ੍ਰੋਨਨਸੀਏਸ਼ਨ ਸੀਏਸ਼ਨ ਨੂੰ ਕੋ ਨਾਲ ਜੋੜਨਾ ਹੈ ਤੇ ਇਦਾਂ ਯਾਦ ਕਰ ਸਕਦੇ ਹਾਂ ਤੇ ਟੀਚਰ ਇਜ਼ ਯੂজিং ਐਨ ਅਲਟਰਨੇਟਿਵ ਕੰਪਿਊਟਰ ਕੀਬੋਰਡ ਟੂ ਫੈਸਿਲਿਟੇਟ ਮੋਸਟ ਕਾਮਨ ਕੁਐਸਚਨ ਬਾਰ ਬਾਰ ਇੱਥੇ ਪੁੱਛੇ ਜਾਂਦੇ ਨੇ ਦਿਮਾਗੀ ਅਧਰੰਗ ਤੋਂ ਪੀੜਤ ਪਹਿਲਾਂ ਇੰਗਲਿਸ਼ ਪੜ ਰਹੀ ਹੈ ਟੀਚਰ ਇਜ਼ ਯੂਜ਼ਿੰਗ ਐਨ ਅਲਟਰਨੇਟਿਵ ਕੰਪਿਊਟਰ ਕੀਬੋਰਡ ਟੂ ਫੈਸਿਲੀਟੇਟ ਲਰਨਿੰਗ ਆਫ ਅ ਚਾਈਲਡ ਸਫਰਿੰਗ ਫਰਮ ਸੈਰੀਬਰਲ ਪਾਲਸੀ ਸੈਰੀਬਰਲ ਪਾਲਸੀ ਦਿਮਾਗ ਦੀ ਨਾਰਮਲੀ ਪ੍ਰੈਗਨੈਂਸੀ ਤੋਂ ਪਹਿਲਾਂ ਬਰਥ ਤੋਂ ਪਹਿਲਾਂ ਸੌਰੀ ਅ ਪਹਿਲਾ ਦਿਮਾਗ ਤੇ ਇਫੈਕਟ ਜੋ ਬੱਚੇ ਦੇ ਹੋ ਜਾਂਦਾ ਹੈ ਜਿਸ ਕਰਕੇ ਮੋਟਰ ਐਕਟੀਵਿਟੀਆਂ ਉਹਦੀਆਂ ਇੰਬੈਲੈਂਸ ਰਹਿੰਦੀਆਂ ਹਨ ਇਨਵੋਲੰਟਰੀ ਬਾਡੀ ਖੁਦ ਬਖੁਦ ਹਿਲਦੀ ਰਹਿੰਦੀ ਹੈ ਅ ਬੱਚਾ ਜਿਹੜਾ ਹੈ ਫਾਈਨ ਮੋਟਰ ਸਕਿੱਲ ਗ੍ਰੋਸ ਮੋਟਰ ਸਕਿੱਲਸ ਵਿੱਚ ਬਹੁਤ ਜ਼ਿਆਦਾ ਪੂਰ ਹੋਏਗਾ ਸੋ ਇਸ ਤਰ੍ਹਾਂ ਦੇ ਬੱਚੇ ਦੀ ਹੈਲਪ ਕਰਨ ਲਈ ਟੀਚਰ ਨੇ ਕੀ ਕੀਤਾ ਹੈ ਕਿ ਡਿਫਰੈਂਟ ਤਰ੍ਹਾਂ ਦਾ ਕੀਬੋਰਡ ਉਸ ਨੂੰ ਦੇ ਦਿੱਤਾ ਹੈ ਜਿਸ ਨਾਲ ਉਹ ਆਸਾਨੀ ਨਾਲ ਆਪਣਾ ਜਿਹੜਾ ਐਗਜ਼ਾਮ ਹੈ ਜਾਂ ਲਰਨਿੰਗ ਟਾਸਕ ਹੈ ਪੂਰਾ ਕਰ ਸਕਦਾ ਹੈ ਸੋ ਇਹ ਅਸਿਸਟਿਵ ਟੈਕਨੋਲੋਜੀ ਹੁੰਦੀ ਹੈ ਜਿਹੜੀ ਕਿ ਇਸ ਤਰ੍ਹਾਂ ਦੇ ਡਿਸੇਬਿਲਟੀ ਵਾਲੇ ਬੱਚਿਆਂ ਦੀ ਫੰਕਸ਼ਨਿੰਗ ਨੂੰ ਇੰਪਰੂਵ ਕਰਨ ਲਈ ਉਹਨਾਂ ਦੀ ਪਾਰਟਿਸਪੇਸ਼ਨ ਨੂੰ ਇੰਪਰੂਵ ਕਰਨ ਲਈ ਉਹਨਾਂ ਦੀ ਲਰਨਿੰਗ ਆਊਟਕਮ ਬੈਟਰ ਕਰਨ ਲਈ ਉਹਨਾਂ ਨੂੰ ਲਰਨਿੰਗ ਵਿੱਚ ਦਿਲ ਲਗਾਏ ਰੱਖਣ ਲਈ ਯੂਜ਼ ਹੁੰਦੀਆਂ ਹਨ ਸਿਰਫ ਲਰਨਿੰਗ ਨਹੀਂ ਈਵਨ ਮੂਵਮੈਂਟ ਲਈ 휠ਚੇਅਰ ਹੈ ਹਨਾ ਅਸਿਸਟਿਵ ਟੈਕਨੋਲੋਜੀ ਹੈ ਸੋ ਰਾਈਟ ਆਨਸਰ ਇੱਥੇ ਹੈ ਅਸਿਸਟਿਵ ਟੈਕਨੋਲੋਜੀ ਜੇ ਤੁਸੀਂ ਸਿੱਧਾ ਕੱਢਣਾ ਹੋਵੇ ਇਹ ਇੱਕ ਸਿੱਧੀ ਇਨਸਟ੍ਰਕਸ਼ਨਲ ਹੈ ਟੀਚਿੰਗ ਟੀਚ ਕਰਨ ਵਾਲੀ ਟੈਕਨੋਲੋਜੀ ਹੈ ਨਾ ਮੈਂ ਇਹ ਬੋਰਡ ਯੂਜ਼ ਕਰ ਰਿਹਾ ਸਭ ਲਈ ਯੂਜ਼ ਕਰ ਰਿਹਾ ਹੈ ਪਰ ਕਿਸੇ ਵਿਸ਼ੇਸ਼ ਬੱਚੇ ਲਈ ਇਨਸਟ੍ਰਕਸ਼ਨ ਟੈਕਨੋਲੋਜੀ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਕੰਪਿਊਟਰ ਅਸਿਸਟੈਂਟ ਟੈਕਨੋਲੋਜੀ ਸਾਰਿਆਂ ਲਈ ਹੈ ਕੰਪਲੈਕਸ ਹਾਈਪਰਮੀਡੀਆ ਸੋ ਇਹ ਵਿਸ਼ੇਸ਼ ਬੱਚਿਆਂ ਲਈ ਹੈ ਅਸਿਸਟ ਜਿਸ ਵਿੱਚ ਇਕਵਿਟੀ ਦਾ ਕਨਸੈਪਟ ਆ ਜਾਂਦਾ ਹੈ ਕਿ ਵਿਸ਼ੇਸ਼ ਬੱਚਿਆਂ ਦੀ ਵਿਸ਼ੇਸ਼ ਹੈਲਪ ਕਰਨੀ ਹੈ ਅ ਇਨਕਲੂਜ਼ਨ ਇਨ ਐਜੂਕੇਸ਼ਨ ਰੈਫਰ ਸਿੱਖਿਆ ਵਿੱਚ ਸ਼ਾਮੂਲੀਅਤ ਦਾ ਹਵਾਲਾ ਦਿੰਦਾ ਹੈ ਟ੍ਰਾਂਸਲੇਸ਼ਨ ਗਲਤ ਹੋ ਗਿਆ ਸਟੂਡੈਂਟਸ ਵਿਦ ਸਪੈਸ਼ਲ ਨੀਡਸ ਸਪੈਂਡ 올 देयर ਟਾਈਮ ਵਿਦ ਨਾਰਮਲ ਸਟੂਡੈਂਟ ਵੈਰੀ ਗੁੱਡ ਬਿਲਕੁਲ ਇਨਕਲੂਜ਼ਨ ਦਾ ਮਤਲਬ ਹੈ ਯੂ ਆਰ ਵੈਲਕਮ ਤੁਸੀਂ ਦਿਲ ਤੋਂ ਸਾਡੇ ਹੋ ਤੁਸੀਂ ਸਾਡੇ ਘਰ ਤੁਹਾਡੇ ਘਰ ਵਿੱਚ ਦਾਦੀ ਨਾਨੀ ਚਾਚੀ ਤਾਈ ਜਿਹੜੇ ਬਜ਼ੁਰਗ ਹੋ ਗਏ ਹਨ ਅਖੀ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਘਰ ਦੀ ਪੂਰੀ ਤਰ੍ਹਾਂ ਮੈਂਬਰ ਹੈ ਜੇ ਕਿਸੇ ਨੂੰ ਨਹੀਂ ਲੱਗ ਰਿਹਾ ਤਾਂ ਮਤਲਬ ਇਨਕਲੂਜ਼ਨ ਨਹੀਂ ਹੈ ਸੋ ਆਪਣੇ ਬਜ਼ੁਰਗਾਂ ਨੂੰ ਅਟੈਂਡ ਕਰੋ ਉਹਨੂੰ ਦੋ ਘੜੀ ਉਹਨਾਂ ਨਾਲ ਗੱਲਾਂ ਕਰ ਲਓ ਬੇਸ਼ੱਕ ਕਈ ਵਾਰ ਤੁਹਾਨੂੰ ਮੀਨਿੰਗਲੈਸ ਲੱਗਣਗੇ ਪਰ ਕਰ ਲਓ ਪਰ ਕਰ ਲਓ ਤੁਸੀਂ ਉਹਨਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋ ਜਦੋਂ ਉਹਨਾਂ ਨੂੰ ਸਿਰਫ ਸੁਣਦੇ ਹੋ ਹਨਾ ਹਾਂ ਸੋ 올 ਟਾਈਮ ਉਹਨਾਂ ਨੂੰ ਸ਼ਾਮਿਲ ਰੱਖਣਾ ਹੈ ਸਪੈਸ਼ਲ ਸਪੈਸ਼ਲ ਸਟੂਡੈਂਟ ਵਿਦ ਸਪੈਸ਼ਲ ਨੀਡਸ ਅਟੈਂਡ ਸਪੈਸ਼ਲ ਸਕੂਲ ਬਿਲਕੁਲ ਗਲਤ ਹੋਏਗਾ ਸਪੈਸ਼ਲ এডੂਕੇਸ਼ਨ ਹੋਗੀ ਸਟੂਡੈਂਟ ਵਿਦ ਸਪੈਸ਼ਲ ਨੀਡਸ ਸਪੈਂਡ ਹਾਫ ਟਾਈਮ ਨਹੀਂ ਅ ਇੰਟੀਗ੍ਰੇਸ਼ਨ ਇਹ ਇੰਟੀਗ੍ਰੇਟਡ ਹੋ ਗਈ ਇਨਕਲੂਸਿਵ ਐਜੂਕੇਸ਼ਨ ਨਹੀਂ ਹੋਈ ਇਨਕਲੂਸਿਵ ਐਜੂਕੇਸ਼ਨ ਹੈ ਇਨਕਲੂਜ਼ਨ ਹੈ ਕਿ ਬੱਚੇ ਜਿਸ ਮਰਜ਼ੀ ਡਿਸੇਬਿਲਟੀ ਦੇ ਹੈ ਜੀ ਅੱਖਾਂ ਕਿਸੇ ਦੀਆਂ ਕਮਜ਼ੋਰ ਹੋਣ ਸੁਣਨਾ ਕਮਜ਼ੋਰ ਹੈ ਫਿਜ਼ੀਕਲ ਹੈ ਸੈਰੀਬਰਲ ਪਾਲਸੀ ਹੈ ਲਰਨਿੰਗ ਡਿਸੇਬਿਲਟੀ ਹੈ ਡਿਸਕੈਲਕੂਲੀਆ ਹੈ ਡਿਸਗ੍ਰਾਫੀਆ ਹੈ ਉਹਨਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰਨ ਲਈ ਅਸਿਸਟਿਵ ਟੈਕਨੋਲੋਜੀ ਕਲਾਸਰੂਮ ਅਕਾਮੋਡੇਸ਼ਨ ਸਪੈਸ਼ਲ ਟੀਚਰ ਬਿਲਡਿੰਗ ਦਾ ਇਨਫਰਾਸਟ੍ਰਕਚਰ ਸਾਰਾ ਕੁਝ ਜਿਸ ਤਰ੍ਹਾਂ ਇੱਕ ਮਲਟੀ ਸਪੈਸ਼ਲਿਸਟ ਸਪੈਸ਼ੈਲਟੀ ਹਸਪੀਟਲ ਹੁੰਦਾ ਹੈ ਕਿ ਸਾਰੇ ਟੈਸਟ ਅੰਦਰ ਹੀ ਸਾਰੇ ਤਰ੍ਹਾਂ ਦੇ ਡਾਕਟਰ ਅੰਦਰ ਹੀ ਮਿਲਣਗੇ ਔਰ ਅੰਦਰ ਉਹ ਸਹੀ ਫੀਲ ਕਰਨਗੇ ਨੋਰਮਲ ਸਟੂਡੈਂਟ ਵਿੱਚ ਰਹਿਣਗੇ ਉਸੇ ਤਰ੍ਹਾਂ ਇਹ ਜਿਹੜਾ ਇਨਕਲੂਜਨ ਦਾ ਕਨਸੈਪਟ ਹੈ ਲੇਕਿਨ ਸਾਡੇ ਕੋ ਇਨਕਲੂਜਨ ਦੀ ਫਿਲਾਸਫੀ ਹੈ ਕਨਸੈਪਟ ਹਜੇ ਨਹੀਂ ਪੂਰਾ ਹੋਏਗਾ ਕੋਈ ਕੋਈ ਵੀ ਅਜੇ ਹ ਸਕੂਲ ਨਹੀਂ ਹੈ ਜੋ ਹਰ ਤਰ੍ਹਾਂ ਦੇ ਬੱਚੇ ਨੂੰ ਅਕੋਮੋਡੇਟ ਕਰ ਸਕੇ ਸੋ ਵੈਰੀ ਸੌਰੀ ਅੱਗੇ ਚੱਲਦੇ ਹਾਂ ਨੈਕਸਟ ਮੋਸਟ ਕਾਮਨਲੀ ਆਇਡੈਂਟੀਫਾਈਡ ਫਾਰਮ ਆਫ ਇੰਟੈਲੈਕਚੁਅਲ ਡਿਸੇਬਿਲਟੀ ਵਿਦ ਜੈਨੇਟਿਕਲੀ ਟ੍ਰਾਂਸਮਿਟਿਡ ਇਜ਼ ਡਾਊਨ ਸਿੰਡਰਮ ਦਾ ਮੋਸਟ ਕਾਮਨ ਇਜ਼ ਡਾਊਨ ਸਿੰਡਰਮ ਸਭ ਤੋਂ ਜ਼ਿਆਦਾ ਜੈਨੇਟਿਕ ਸਿੰਡਰਮ ਬਰਥ ਡੇ ਨੋ ਡਾਊਨ ਸਿੰਡਰਮ ਮੋਸਟ ਕਾਮਨ ਹੈ ਡਾਊਨ ਸਿੰਡਰਮ ਵਿੱਚ ਜਿਹੜਾ ਬੱਚਾ ਪੈਦਾ ਹੁੰਦਾ ਹੈ ਉਸ ਦੀ ਜੀਬ ਮੋਟੀ ਹੋਏਗੀ ਫੇਸ ਥੋੜਾ ਫੁੱਲਿਆ ਹੋਇਆ ਇਥੋਂ ਉੱਭਰਿਆ ਹੋਇਆ ਅੱਖਾਂ ਪਤਲੀਆਂ ਹੋਣਗੀਆਂ ਅ ਸੋ ਉਹਦਾ ਚਿਹਰਾ ਜ਼ਿਆਦਾ ਗੋਲ ਜਿਹਾ ਨਜ਼ਰ ਆਏਗਾ ਸੋ ਫੇਸ਼ੀਅਲ ਫੀਚਰ ਉਸਦੇ ਵੱਖਰੇ ਹੁੰਦੇ ਹਨ ਨਾਰਮਲੀ ਜੇ ਫਾਦਰ ਵਿਦ ਪੋਜ਼ਿਟਿਵ ਐਂਡ ਮਦਰ ਵਿਦ 네ਗੇਟਿਵ ਬਲੱਡ ਗਰੁੱਪ ਹੈ ਔਰ 35 ਤੋਂ uh, 35 ਤੋਂ ਮਦਰ ਦੀ ਏਜ ਜ਼ਿਆਦਾ ਹੈ ਤਾਂ ਡਾਊਨ ਸਿੰਡਰਮ ਹੋਣ ਦੇ ਚਾਂਸਸ ਪ੍ਰੋਬੈਬਿਲਿਟੀ ਵੱਧ ਹੋ ਜਾਂਦੀ ਹੈ ਥੈਟ ਇਜ਼ ਵਾਈ ਡਾਊਨ ਸਿੰਡਰਮ ਪਹਿਲਾਂ ਚੈੱਕ ਕੀਤਾ ਜਾਂਦਾ ਹੈ ਨਹੀਂ ਤਾਂ ਪ੍ਰੈਗਨੈਂਸੀ ਵਿਦ ਨੂੰ ਅਬਾਰਟ ਕਰਾ ਦਿੱਤਾ ਜਾਂਦਾ ਹੈ ਫੋਰਨ ਵਿੱਚ ਤਾਂ ਹੁੰਦਾ ਹੈ ਆਪਣੇ ਇੰਡੀਆ the da kuch dash refers to broad range of autism uh, autism hai communication not related hai ah, na uh, my name is uh, khan but i am not a terrorist film see si, uh, autistic uh, alert uthe autism te si ki communication isin sahi tarah nahi kar pande uh, so ina eh bachiyan eh hai, hai question ke uh, autistic disorder include the classical and severe form of autism सो so, स्पेक्ट्रम याद रखना है स्पेक्ट्रम आर्टिजम स्पेक्ट्रम डिसऑर्डर स्पेसिफिक डिसऑर्डर नहीं ए डी एच डी कर रहे अटेंशन डिफिसिट हाइपर एक्टिव डिसऑर्डर सो ये याद नहीं रहा इस भागा जी याद करो अटेंशन डिफिसिट हाइपर एक्टिव डिसऑर्डर अलग अलग करके करो ठीक है ए डी एच सो यलत ने हेट लिखा पैरा चलो ये ਤੋਡਾ ਪਹਿਲਾ ਜਿਹੜਾ ਹੈ ਸੀਡੀਪੀ ਦਾ ਪੇਪਰ ਖਤਮ ਹੁੰਦਾ ਹੈ ਸੋ ਜੇ ਤੁਸੀਂ ਕੰਟੀਨਿਊ ਰੱਖਣਾ ਚਾਹੁੰਦੇ ਹਾਂ ਦੂਸਰੇ ਪੇਪਰ ਨਾਲ ਮੈਂ ਡਿਸਕਸ ਕਰਦਾ ਹਾਂ ਨਾਲ-ਨਾਲ ਹੁਣ ਥਿਊਰੀਜ਼ ਤੇ ਕੰਟੈਂਟ ਵੀ ਟੀਚ ਕਰਾਂਗਾ ਪਰ ਉਸ ਦੀ ਟੈਸਟਿੰਗ ਲਈ ਜੇ ਫਾਰਮਲਾਈਜ਼ ਹੋਣਾ ਹੈ ਤਾਂ ਰਜਿਸਟਰ ਹੋਣਾ ਪਾਏਗਾ ਉਹਦਾ ਟਿਊਟੋਰੀਅਲ ਬਣਾ ਦੇਣਾ ਕਿ ਕਿਸ ਤਰ੍ਹਾਂ ਰਜਿਸਟਰ ਹੋਣਾ ਹੈ ਕਿਸ ਤਰ੍ਹਾਂ ਪ੍ਰੋਸੈਸ ਹੋਏਗੀ ਕਿੰਨੀ ਫੀਸ ਹੋਏਗੀ ਉਹ ਸਾਰਾ ਕੁਝ ਦੱਸ ਦੇਣਾ ਹਾਂ आ ਤੁਹਾਡੇ ડાઉટ હે ક્વેશ્ચન હે પૂછો કોઈ પ્રેફર્ડ એરિયા હે પ્રોબ્લેમ હે કન્ટેન્ટ હે સર ઈથ થિયરી જરૂર કરાઓ આવા જરૂર કરાઓ અધરવાઇઝ લાર્જ કન્ટેન્ટ હે મે કરાવી જાવાંગા લર્ન ટુ એક્ચ્યુઅલી ડોક્ટર ફીરસ સિંહ થેન્ક યુ